ਵਾਹਿਗੁਰੂ ਵਾਹਿਗੁਰੂ ਜਪਣਾ ਜਪਣਾ ਤੇ ਪੜ੍ਹਨਾ ਥੋੜਾ ਜਿਹਾ ਅੰਤਰਾ ਵੀ ਸੁਣ ਲਓ। ਜਪਣ ਲੱਗਿਆ ਧਿਆਨ ਅੰਤਰਮੁਖੀ ਕਰਨਾ ਪਏਗਾ, ਪੜ੍ਹਨ ਲੱਗਿਆ ਧਿਆਨ ਬਾਹਰ ਕਰਨਾ ਪਏਗਾ, ਅੱਖਰਾਂ ਤੇ ਧਿਆਨ ਟਿਕਾਣਾ ਪਏਗਾ, ਨਜ਼ਰ ਤੇ ਧਿਆਨ, ਉਹਨੂੰ ਪੜ੍ਹਨਾ ਕਹਿੰਦੇ ਨੇ। ਬਾਣੀ ਪੜ੍ਹਨ ਨਾਲੋਂ ਜਪਣਾ ਲੱਖਾਂ ਗੁਣਾ ਔਖਾ ਹੈ। ਮੈਂ ਸੈਂਕੜੇ ਗੁਣਾ ਨਹੀਂ ਕਹਿੰਦਾ, ਲੱਖਾਂ ਗੁਣਾ। 18-18 ਘੰਟੇ ਪੜ੍ਹਨ ਵਾਲੇ ਪਾਠੀ ਮੈਂ ਦੇਖੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। 8 ਮਿੰਟ ਵੀ ਕੋਈ ਜਪ ਕਰ ਸਕੇ ਮੁਸ਼ਕਿਲ ਹੈ, ਕਠਿਨ ਹੈ। ਜਪ ਕਰਨ ਲੱਗਿਆਂ ਧਿਆਨ ਅੰਤਰਮੁਖੀ ਕਰਨਾ ਪਏਗਾ, ਪੜ੍ਹਨ ਲੱਗਿਆਂ ਧਿਆਨ ਬਾਹਰ ਕਰਨਾ ਪਏਗਾ, ਤੇ ਪੜ੍ਹਨ ਦੇ ਨਾਲ ਬਾਹਰ ਵਾਈਬ੍ਰੇਸ਼ਨ ਤੇ ਚੰਗੀ ਬਣੇਗੀ, ਤਰੰਗਾਂ ਤੇ ਚੰਗੀਆਂ ਬਣਨਗੀਆਂ। ਪੜ੍ਹਨ ਵਾਲੇ ਦਾ ਮਨ ਨਹੀਂ ਬਦਲੇਗਾ, ਚਾਹੇ ਸਾਰੀ ਜ਼ਿੰਦਗੀ ਪੜ੍ਹਦਾ ਰਹੇ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਜਕਣਾ ਜਾ। ਪੜ੍ਹਨ ਨਾਲ ਬਾਣੀ ਕੰਠ ਹੋ ਸਕਦੀ ਹੈ, ਪੜ੍ਹਨ ਦੇ ਨਾਲ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ, ਪੜ੍ਹਨ ਨਾਲ ਇਤਨਾ ਪਤਾ ਚੱਲ ਸਕਦਾ ਕਿਹੜੇ ਅੰਗ ਤੇ ਹੈ, ਕਿਹੜੇ ਪਾਤਸ਼ਾਹ ਦੀ ਹੈ। ਪੜ੍ਹਨ ਨਾਲ ਮਨੁੱਖ ਬਾਣੀ ਦਾ ਰੂਪ ਨਹੀਂ ਹੋ ਸਕਦਾ, ਜਪਣ ਨਾਲ ਬਾਣੀ ਦਾ ਰੂਪ ਹੋ ਜਾਏਗਾ। ਇਹ ਵੀ ਮੈਰਜ ਕਰ ਤੇ ਜਪਣਾ ਕੀ ਇਹ ਸਮਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ, ਉਹਦੇ ਵਾਸਤੇ ਤੇ ਅੱਖਾਂ ਬੰਦ ਕਰਨੀਆਂ ਪੈਣਗੀਆਂ, ਕੋਈ ਦਿਖਾਈ ਨਾ ਦੇਵੇ। ਧਿਆਨ ਨੂੰ ਅੰਤਰਮੁਖੀ ਕਰਨਾ ਪਏਗਾ ਤਾਂ ਜਪ ਕਰ ਸਕੋਗੇ, ਪੜ੍ਹਨ ਲੱਗਿਆਂ ਧਿਆਨ ਨੂੰ ਬਾਹਰ ਕਰਨਾ ਪਏਗਾ ਤਾਂ ਪੜ੍ਹ ਸਕੋਗੇ। ਪੜ੍ਹਨਾ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਜਪਣ ਦੀ ਜਾਚ ਆ ਜਾਏ, ਪੜ੍ਹਨਾ ਇੱਕ ਇਸ ਵਾਸਤੇ ਅਰਥ ਬੋਧ ਦਾ ਪਤਾ ਚੱਲ ਜਾਏ, ਪੜ੍ਹਨਾ ਇਸ ਵਾਸਤੇ ਹੈ ਕਿਹੜੇ ਪਾਤਸ਼ਾਹ ਦੀ ਕਿਹੜੇ ਅੰਗ ਤੇ ਹੈ, ਜਪਣਾ ਇਸ ਵਾਸਤੇ ਹੈ ਗੁਰੂ ਦਾ ਰੂਪ ਹੋ ਜਾਈਏ, ਪ੍ਰਭੂ ਦਾ ਰੂਪ ਹੋ ਜਾਏ, ਬਿਨਾਂ ਜਪਿਆ ਨਹੀਂ ਹੋਏਗਾ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਜਪਣਾ ਪੜ੍ਹਨ ਨਾਲੋਂ ਲੱਖਾਂ ਗੁਣਾ ਔਖਾ ਹੈ। ਮੈਂ ਫਿਰ ਅਰਜ਼ ਕਰਦਾ, 18 ਘੰਟੇ ਪੜ੍ਹਨ ਵਾਲੇ ਪਾਠੀ ਮੈਂ ਦੇਖੇ ਨੇ, 8 ਮਿੰਟ ਜਪ ਕਰਨਾ ਬੜਾ ਔਖਾ ਹੈ। ਜਪਣ ਲੱਗਿਆ ਤੇ ਬਾਣੀ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ, ਤੇ ਜਪ ਉਹ ਹੀ ਸਕੇਗਾ ਜੋ ਕੰਠ ਹੋਵੇ, ਬਿਨਾਂ ਕੰਠ ਤੋਂ ਬਾਣੀ ਜਪੀ ਨਹੀਂ ਜਾ ਸਕਦੀ। ਉਹ ਪੜ੍ਹ ਸਕਦਾ, ਜਪ ਨਹੀਂ ਸਕਦਾ। ਤੇ ਕੋਈ ਇਹ ਆਖੇ ਮੈਂ ਪੜ੍ਹਾ ਲਿਖਾ ਹੀ ਨਹੀਂ ਹਾਂ, ਤਾਂ ਫਿਰ ਮੈਂ ਕੀ ਕਰਾਂ? ਉਹਨਾਂ ਲੋਕਾਂ ਲਈ ਫਿਰ ਇੱਕ ਮੰਤਰ ਹੈ, ਬਹੁਤੇ ਮੰਤਰ ਨਹੀਂ, ਬਾਣੀ ਮੰਤਰ ਮਹਾਂਪੁਰਖਨ ਕੇ, ਇਹ ਸਾਰੀ ਬਾਣੀ ਮੰਤਰ ਹੈ। ਫਿਰ ਉਹਦੇ ਲਈ ਇੱਕ ਮੰਤਰ ਹੈ, ਤੂੰ ਬਹੁਤੇ ਮੰਤਰ ਨਹੀਂ ਜਪ ਸਕਦਾ, ਤੇ ਇੱਕ ਜਪ ਵਾਹਿਗੁਰੂ। ਹਿੰਦੂ ਜਗਤ ਦੇ ਸੈਂਕੜੇ ਮੰਤਰ ਨੇ, ਰਾਮ, ਗੋਬਿੰਦ, ਗੋਪਾਲ, ਓਮ, ਓਮ ਨਮਃ ਸ਼ਿਵਾਏ, ਬਹੁਤ ਸਾਰੇ ਮੰਤਰ ਨੇ। ਇਸਲਾਮੀ ਜਗਤ ਦੇ ਚ ਅੱਲਾਹ ਪੀਤਨਾ ਤੇ ਕੰਠ ਕਰ ਸਕਦਾ, ਇਹ ਤੇ ਯਾਦ ਕਰ ਸਕਦਾ। ਜਪਣਾ ਕਹਿੰਦੇ ਨੇ ਜ਼ਬਾਨ ਉਚਾਰਨ ਕਰ ਰਹੀ ਹੈ ਤੇ ਮਨ ਸੁਣ ਰਿਹਾ ਹੈ, ਤੇ ਬਾਣੀ ਅੰਦਰ ਜਾ ਰਹੀ ਹੈ, ਸੁਣ ਕੇ ਹੀ ਅੰਦਰ ਜਾਏਗੀ ਨਾ, ਕੰਨਾਂ ਦੇ ਰਾਹੀਂ, ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ, ਪਚੇਗੀ, ਇੱਕ ਦਿਨ ਖੂਨ ਬਣੇਗੀ। ਗੁਰਬਾਣੀ ਕੰਨਾਂ ਦੇ ਰਾਹੀਂ ਅੰਦਰ ਜਾਏਗੀ ਮਨ ਦੇ ਚ, ਮਨ ਨੂੰ ਜੋਤ ਸਰੂਪ ਬਣਾ ਦੇਗੀ, ਪਰਮਾਤਮਾ ਦਾ ਰੂਪ ਬਣਾ ਦੇਗੀ, ਅਧਿਆਤਮਕ ਬਲ ਦੀ ਪ੍ਰਾਪਤੀ ਹੋ ਜਾਏਗੀ।
ਸੁਣੀ ਨਹੀਂ ਗਈ ਬਾਣੀ, ਬਾਣੀ ਅੰਦਰ ਹੀ ਨਹੀਂ ਗਈ, ਅੰਦਰ ਦੀ ਦੁਨੀਆ ਨਹੀਂ ਬਦਲੇਗੀ, ਨਹੀਂ ਬਦਲੇਗੀ। ਇਸ ਵਾਸਤੇ ਮੈਂ ਦੇਖਿਆ ਹੈ 50-50 ਸਾਲ ਤੋਂ ਵੀ ਜਿਹੜੇ ਗੁਰਦੁਆਰੇ ਆ ਰਹੇ ਨੇ, ਕੁਝ ਸੱਜਣਾਂ ਨੂੰ ਮੈਂ ਜਾਣਦਾ, ਉਹਨਾਂ ਦੀ ਜ਼ਿੰਦਗੀ ਨਹੀਂ ਬਦਲੀ, ਕਿਉਂਕਿ ਨਹੀਂ ਸੁਣਿਆ, ਨਹੀਂ ਸੁਣਿਆ। ਗਾਵੀਏ, ਸੁਣੀਏ, ਮਨ ਰੱਖੀਏ ਬਾਪੂ, ਗਾ ਰਿਹਾ ਤੇ ਸੁਣ, ਨਹੀਂ ਗਾ ਰਿਹਾ ਤੂੰ, ਜੋ ਕੋਈ ਕੋਈ ਵੀ ਗਾ ਰਿਹਾ ਸੁਣ। ਸੁਣਨਾ ਬਹੁਤ ਔਖਾ ਹੈ, ਬਹੁਤ ਔਖਾ। ਪੂਰੀ ਇਕਾਗਰਤਾ ਚਾਹੀਦੀ ਹੈ, ਪੂਰਾ ਟਿਕਾਓ ਚਾਹੀਦਾ ਹੈ, ਤਾਂ ਸੁਣ ਸਕੇਗਾ। ਪਹਿਲਾ ਲੱਛਣ